ਨਮਸਕਾਰ ਸੱਚਕੋ ਪੰਜਾਬੀ ਨਿਊਜ਼ ਬੁਲੇਟਿਨ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਨਜ਼ਰ ਪੁੰਨੇ ਦੇਸ਼ ਦੁਨੀਆ ਦੀ ਟੌਪ 10 ਖਬਰਾਂ 'ਤੇ। ਈਡੀ ਦੀ ਗ੍ਰਿਫਤ ਵਿੱਚ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਪਹਿਲੀ ਵਾਰ ਆਈ ਲਾਈਵ ਵੀਡੀਓ ਮੈਸੇਜ ਦੇ ਵਿੱਚ ਕੇਜਰੀਵਾਲ ਦਾ ਪੜ੍ਹ ਕੇ ਸੁਣਾਇਆ ਸੰਦੇਸ਼ 3:21 ਦੇ। ਇਸ ਸੰਦੇਸ਼ ਵਿੱਚ ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਮੈਂ ਬਹੁਤ ਸੰਘਰਸ਼ ਕੀਤਾ, ਅੱਗੇ ਵੀ ਮੇਰੀ ਜ਼ਿੰਦਗੀ ਵਿੱਚ ਵੱਡੇ ਸੰਘਰਸ਼ ਲਿਖੇ ਹਨ। ਆਪ ਕਾਰਕੁਨਾਂ ਤੋਂ ਅਪੀਲ ਹੈ ਕਿ ਮੇਰੀ ਗ੍ਰਿਫਤਾਰੀ ਦੀ ਵਜ੍ਹਾ ਦੇ ਨਾਲ ਭਾਜਪਾ ਵਾਲਿਆਂ ਤੋਂ ਨਫ਼ਰਤ ਨਾ ਕਰੋ, ਇਹ ਵੀ ਹੈ ਸਾਡੇ ਭਰਾ। ਮਹੂਆ ਦੇ ਕੋਲਕਾਤਾ ਸਥਿਤ ਆਵਾਸ 'ਤੇ ਈਡੀ ਨੇ ਮਾਰਿਆ ਛਾਪਾ। ਸੰਸਦ ਵਿੱਚ ਪੈਸੇ ਲੈ ਕੇ ਸਵਾਲ ਪੁੱਛਣ ਦੇ ਆਰੋਪਾਂ ਨੂੰ ਲੈ ਕੇ ਈਡੀ ਦੀ ਟੀਮ ਉਹਨਾਂ ਦੇ ਘਰ 'ਤੇ ਸਰਚਿੰਗ ਅਭਿਆਨ ਚਲਾ ਰਹੀ ਹੈ। ਦੱਸਦੀ ਕਿ ਇਸ ਕੇਸ ਵਿੱਚ ਮਹੂਆ ਦੀ 8 ਦਸੰਬਰ 2013 ਨੂੰ ਗਈ ਸੀ ਸੰਸਦ ਦੀ। ਦਰਅਸਲ ਲੋਕਪਾਲ ਨੇ 19 ਮਾਰਚ ਨੂੰ ਕੈਸ਼ ਫੋਰ ਕੁਐਰੀ ਕੇਸ ਵਿੱਚ ਈਡੀ ਨੂੰ ਜਾਂਚ ਕਰਨ ਦੇ ਦਿੱਤੇ ਸਨ ਆਦੇਸ਼। ਹਿਮਾਚਲ ਕਾਂਗਰਸ ਦੇ 6 ਬਾਗੀ ਵਿਧਾਇਕ ਬੀਜੇਪੀ ਵਿੱਚ ਸ਼ਾਮਿਲ, 3 ਨਿਰਦਲੀਆਂ ਨੇ ਵੀ ਪਾਰਟੀ ਜੁਆਇਨ ਕੀਤੀ। ਸਾਰਿਆਂ ਨੂੰ ਜ਼ਿਮਨੀ ਚੋਣਾਂ ਦੇ ਵਿੱਚ ਟਿਕਟ ਦਾ ਆਫਰ ਦਿੱਤਾ ਗਿਆ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਪਾਰਟੀ ਮੁਖਾਲਿਆਂ ਦੇ ਵਿੱਚ ਸਾਰੇ ਵਿਧਾਇਕਾਂ ਦਾ ਕੀਤਾ ਸਵਾਗਤ। ਅਨੁਰਾਗ ਠਾਕੁਰ ਨੇ ਕਿਹਾ ਕਿ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਨਾਲ ਪਾਰਟੀ ਨੂੰ ਮਿਲੇਗੀ ਹੋਰ ਮਜ਼ਬੂਤੀ। ਅਰਵਿੰਦ ਕੇਜਰੀਵਾਲ ਨੇ ਗ੍ਰਿਫਤਾਰੀ ਦੇ ਦਰਮਿਆਨ ਦੁਰਵਿਵਹਾਰ ਦਾ ਲਗਾਇਆ ਆਰੋਪ। ਉਹਨਾਂ ਨੇ ਕਿਹਾ ਕਿ ਉਹੀ ਅਫਸਰ ਹਨ ਜਿਨ੍ਹਾਂ ਨੇ ਮਨੀਸ਼ ਸਿਸੋਦੀਆ ਦਾ ਗਲਾ ਖਿੱਚਿਆ ਸੀ, ਇਹਨਾਂ ਨੂੰ ਹਟਾਇਆ ਜਾਵੇ। ਦੱਸਦੇ ਕਿ 22 ਮਾਰਚ ਨੂੰ ਕੇਜਰੀਵਾਲ ਨੂੰ ਰਾਊਜ਼ ਅਵੈਨਿਊ ਕੋਰਟ ਵਿੱਚ ਪੇਸ਼ੀ ਦੇ ਲਈ ਲਿਜਾਇਆ ਗਿਆ ਸੀ। ਇਸ ਦਰਮਿਆਨ ਹੀ ਉਹਨਾਂ ਨੂੰ ਪੁਲਿਸ ਅਫਸਰ ਤੇ ਦੁਰਵਿਵਹਾਰ ਦੇ ਲਗਾਏ ਸਨ ਆਰੋਪ। ਤੇਲੰਗਾਨਾ ਦੇ ਸਾਬਕਾ ਸੀਐਮ ਚੰਦਰਸ਼ੇਖਰ ਰਾਓ ਦੀ ਬੇਟੀ ਕਵਿਤਾ ਦੀ ਈਡੀ ਕਸਟਡੀ 26 ਮਾਰਚ ਤੱਕ ਵਧਾਈ ਗਈ। ਦਿੱਲੀ ਸ਼ਰਾਬ ਨੀਤੀ ਘੁਟਾਲੇ ਦੀ ਆਰੋਪੀ ਕਵਿਤਾ ਨੇ ਕੋਰਟ ਤੋਂ ਨਿਕਲ ਦੇ ਦਰਮਿਆਨ ਕਿਹਾ ਕਿ ਇਲੈਕਸ਼ਨ ਦੇ ਅਰੈਸਟ ਕਰਨਾ ਬਿਲਕੁਲ ਗਲਤ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਚੋਣ ਆਯੋਗ ਨੂੰ ਕਰਨਾ ਚਾਹੀਦਾ ਹਸਤਕਸ਼ੇਪ। ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਦਿੱਤਾ ਵੱਡਾ ਬਿਆਨ। ਅੰਨਾ ਹਜ਼ਾਰੇ ਬੋਲੇ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਉਹਨਾਂ ਦੇ ਕਰਮਾਂ ਦਾ ਨਤੀਜਾ। ਅੰਨਾ ਨੇ ਕਿਹਾ ਕਿ ਮੈਨੂੰ ਕੇਜਰੀਵਾਲ ਦੇ ਹਾਲ ਤੇ ਬਿਲਕੁਲ ਵੀ ਦੁੱਖ ਨਹੀਂ ਹੁੰਦਾ। ਮੈਂ ਉਹਨਾਂ ਨੂੰ ਸ਼ਰਾਬ ਤੇ ਨੀਤੀ ਬਣਾਉਣ ਨੂੰ ਰੋਕਿਆ ਸੀ, ਲੇਕਿਨ ਉਹ ਨਹੀਂ ਮੰਨੇ। ਬੈਂਕ ਖਾਤੇ ਫਰੀਜ ਕਰਨ ਦੇ ਮੁੱਦੇ ਤੇ ਕਾਂਗਰਸ ਨੇ ਕੇਂਦਰ ਸਰਕਾਰ ਤੇ ਸਾਧੇ ਨਿਸ਼ਾਨੇ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਇਕਰ ਵਿਭਾਗ ਨੇ ਕਾਂਗਰਸ ਦੇ ਬੈਂਕ ਖਾਤੇ ਫਰੀਜ ਕਰਕੇ ਸਾਬਿਤ ਕਰ ਦਿੱਤਾ ਕਿ ਉਹ ਕੇਂਦਰ ਸਰਕਾਰ ਦੀ ਕਠਪੁਤਲੀ ਹੈ। ਇਹ ਮੁੱਦੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਲੈ ਡੁੱਬਣਗੇ। ਹੈਦਰਾਬਾਦ ਵਿੱਚ ਮਾਂ ਬੇਟੀ ਦੇ ਹੌਸਲੇ ਦੇ ਅੱਗੇ 2 ਹਥਿਆਰਬੰਦ ਬਦਮਾਸ਼ਾਂ ਦੇ ਛੁੱਟੇ ਪਸੀਨੇ। ਇਹ ਮਾਮਲਾ ਸ਼ਹਿਰ ਦੇ ਬੇਗਮਪੇਟ ਇਲਾਕੇ ਦਾ ਹੈ, ਜਿੱਥੇ ਮਾਂ ਬੇਟੀ ਨੇ ਮਿਲ ਕੇ 2 ਲੁਟੇਰਿਆਂ ਦਾ ਡਟ ਕੇ ਕੀਤਾ ਮੁਕਾਬਲਾ। ਦੱਸਦੇ ਕਿ ਜਦ 2 ਬਦਮਾਸ਼ ਕੋਰੀਅਰ ਦੇਣ ਦੇ ਬਹਾਨੇ ਮਹਿਲਾ ਦੇ ਘਰ ਵਿੱਚ ਘੁਸੇ ਤਾਂ ਬੰਦੂਕ ਅਤੇ ਚਾਕੂ ਦੇ ਬਲ ਤੇ ਲੁੱਟਣ ਦਾ ਪ੍ਰਯਾਸ ਕੀਤਾ। ਮਾਂ ਬੇਟੀ ਨੇ ਬਹਾਦਰੀ ਦਿਖਾਉਂਦੇ ਹੋਏ ਜਮਕੀ ਕੀਤੀ ਬਦਮਾਸ਼ਾਂ ਦੀ ਪਟਾਈ। ਸੱਪਾ ਦੀ ਤਸਕਰੀ ਕੇਸ ਵਿੱਚ ਜ਼ਮਾਨਤ ਦੇ ਬਾਅਦ ਬਿਗ ਬੌਸ OTT 2 ਵਿਨਰ ਐਲਵਿਸ ਯਾਦਵ ਨੂੰ ਉੱਤਰ ਪ੍ਰਦੇਸ਼ ਪੁਲਿਸ ਗੁਰੂਗ੍ਰਾਮ ਕੋਰਟ ਲੈ ਕੇ ਪਹੁੰਚੀ। ਇੱਥੇ ਐਲਵਿਸ ਯਾਦਵ ਨੂੰ ਡਿਊਟੀ ਮੈਜਿਸਟ੍ਰੇਟ ਅਕਸ਼ੈ ਕੁਮਾਰ ਦੀ ਕੋਰਟ ਵਿੱਚ ਕੀਤਾ ਗਿਆ ਪੇਸ਼, ਜਿੱਥੇ ਕੋਰਟ ਨੇ ਐਲਵਿਸ ਦੀ ਕਸਟਡੀ ਗੁਰੂਗ੍ਰਾਮ ਪੁਲਿਸ ਨੂੰ ਸੌਂਪੀ। ਇੱਥੇ ਪੇਸ਼ੀ ਦਰਮਿਆਨ ਐਲਵਿਸ ਦੇ ਪਿਤਾ ਨੇ ਉਹਨਾਂ ਨੂੰ ਲਗਾਇਆ ਗਲੇ।
ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਤੋਂ ਮਰਨ ਵਾਲਿਆਂ ਦੀ ਗਿਣਤੀ 20 ਹੋਈ। ਦੂਸਰੇ ਮਾਮਲੇ ਵਿੱਚ ਵੀ ਮੌਤ ਦਾ ਅੰਕੜਾ 10 ਪਹੁੰਚਿਆ। ਮਰਨ ਵਾਲੇ 10 ਵਿੱਚੋਂ 7 ਸਨਾਮ ਦੇ ਹਨ, ਜਦਕਿ 2 ਜ਼ਿਲ੍ਹਾ ਸੰਗਰੂਰ ਅਤੇ 1 ਸਮਾਣਾ ਪਟਿਆਲਾ ਜ਼ਿਲ੍ਹੇ ਤੋਂ ਹਨ ਸ਼ਾਮਿਲ, ਜਿਸ ਦੇ ਬਾਅਦ ਦੋਨਾਂ ਮਾਮਲਿਆਂ ਵਿੱਚ ਮੌਤਾਂ ਦਾ ਅੰਕੜਾ 20 ਤੱਕ ਪਹੁੰਚ ਗਿਆ। ਪੁਲਿਸ ਨੇ ਇਹਨਾਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਬਾਅਦ 1 ਮਹਿਲਾ ਸਮੇਤ 8 ਲੋਕਾਂ ਨੂੰ ਕੀਤਾ ਕਾਬੂ। ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਹਨਾਂ ਹੀ। ਜ਼ਿਆਦਾ ਖਬਰਾਂ ਵੇਖਣ ਲਈ ਯੂਟਿਊਬ 'ਤੇ ਟਾਈਪ ਕਰੋ ਸੱਚਖੰਡ ਪੰਜਾਬੀ ਚੈਨਲ।